की करेंगे सारा दिन? ਇਹ ਤਾਂ ਕਹਿੰਦੇ ਉਹੀ ਫੀਲਿੰਗ ਆਈ ਜਾਂਦੀ ਆ, ਲੰਬੂ ਹੀ ਲੱਗਦਾ ਹੈਗਾ। ਸਾਡੇ ਕੋਲ ਗੋਪਰੋ ਹੈ ਨਹੀਂ, ਇਸ ਕਰਕੇ ਚੈਨਲ ਤਾਂ ਸਬਸਕ੍ਰਾਈਬ ਕਰ ਲਿਆ ਕਰੋ ਯਾਰ, ਐਂ ਕਾਹਦਾ ਕਰਦੇ ਹੁੰਦੇ ਯਾਰ, ਕਰ ਲਾ ਯਾਰ। अज दिन हैगा शनिवार, तो अज आप चलते हैं। एक तो गड्डी की सर्विस करवानी है, थार की जी है सर्विस ड्यू आई पई है, एक तो होर मार्केट के काम करने हैं। गर्मी फिर उन्नी हो गई, पूरी तिखी जी है धुप्प है। चलो चलिए। पेंचर की गल करिए पेंचर चलो चेंज ही करावे टायर, स्टिपनी वाला टायर आप उधर पवा देंगे, तो जो पेंचर है वो आप कढ़वा ही देवे टायर, एक बार लवा दें सर्विस तो करवानी हुई अज, तो फिर आप चेंज करा देंगे टायर। सो लेट्स गो, चलिए। महिंद्रा का गए पहुंच, टाइम देखो खड़िया इन्हों भुंड गई है, बड़ा टाइम हो गया महिंद्रा पहुंच गए। अंकल बैठा होगा, अंकल बैठा अंकल सर्विस है। अंकल की हाल है जी? 2500 ਕਿਵੇਂ ਹੋ? ਵਧੀਆ ਜੀ ਵਧੀਆ, ਤੁਸੀਂ ਦੱਸੋ ਠੀਕ ਹੋ? ਚੜ੍ਹਦੀ ਕਲਾ, ਘਰ ਪਰਿਵਾਰ? ਕਰਤਾਰ ਸਭ ਤੋਂ ਆ ਗਈ ਅੱਜ। भूंड भांड सारा कुछ है, वैसे इन्हों सेपरेट करना चाहिए अड्ड अड्ड आखड़ी अपनी गड्डी, तो हूँ आप इतों चलते हैं किसी वीर भाई की मोटरसाइकिल लेके। शोरूम वधिया बना लिया उन्होंने, किवें लग रहा थानू अज इन्नी महंगी सर्विस करा के? XUV 77 सोहनी एयर कार तो है ना, पर जची नहीं। क्यों नहीं जची? सर्विस ऑलमोस्ट जी अपनी डन है, एक जी उपर आवाज़ जी करता से आवाज़ जी का हल होया नहीं, हूँ मन लगता कोई जगाड़ ही करना पूगा, एक बार खोलता तो देख रहे हैं की बनता। बाकी सर्विस हो गई डन,
ਚੱਲੀਏ ਲੈਟਸ ਗੋ ਹੋਰ ਤੇ ਫੋਟੋ ਖਿੱਚਾਂਗੇ ਬੜੀ ਘੈਂਟ ਆਊਗੀ ਅੱਛਾ ਹਾਂ ਪਤਾ ਕੀ ਕਰਾਂਗੇ ਇੱਧਰ ਨੂੰ ਮੂੰਹ ਕਰਕੇ ਰੋਕ ਲਾਂਗੇ ਜਦੋਂ ਰੋਕ ਲਈ ਤੇ ਪਰਾਂ ਨੂੰ ਇੱਕ ਤਾਂ ਸੂਰਜ ਦੀ ਰੋਸ਼ਨੀ ਪਊਗੀ ਤੇ ਇੱਕ ਆਪਾਂ ਫਿਲਟਰ ਦੂਜੇ ਨੂੰ ਭਰਾਵਾ ਸਾਈਡ ਤੇ ਪਜਾ ਇਹ ਆਹ ਕੀ ਆ ਓਏ ਅੱਛਾ ਕੇ ਐਂ ਆ ਕੇ ਅਰਮਾਨੀ ਦਾ ਅਰਮਾਨੀ ਦਾ ਰਮਾਨੀ ਉਹ ਆ ਤਾਂ ਬੜਾ ਘੈਂਟ ਫਿਲਟਰ ਹੈਗਾ ਸਾਢੇ ਛੇ ਹੋਏ ਆ ਤੇ ਧੁੱਪ ਚਮਾੜ ਪਈ ਹੈ ਯਾਰ ਮੈਂ ਤਾਂ ਅੱਜ ਐਂ ਹੈਰਾਨੀ ਹੈ ਵੀ ਤੂੰ ਧੁੱਪ ਤਾਂ ਦੇਖ ਕਿੰਨੀ ਸੀ ਹੈਗੀ ਆ ਹਾਂ ਵੀ ਆਹ ਵਾਲਾ ਵੀ ਸਾਢੇ ਛੇ ਹੋਏ ਪਏ ਆ ਤੇ ਇੰਨੀ ਧੁੱਪ ਉਹ ਲਾ ਲਓ ਦਰੱਖਤ ਲਾ ਲਓ ਪਹੁੰਚਾਲੋ ਪੰਜਾਬ ਨੂੰ ਠੀਕ ਹੈ ਨਾ ਧੁੱਪ ਦਾ ਦਰੱਖਤ ਨਾ ਲੈਣਾ ਦੇਣਾ ਕੋਈ ਨਹੀਂ ਇਹ ਜਲ ਪਾਈ ਉਹਦੇ ਚ ਇਹ ਇੰਨੀ ਧੁੱਪ ਹੋਣ ਦਾ ਰੀਜ਼ਨ ਇਹ ਹੈ ਵੀ ਪੋਲੂਸ਼ਨ ਹੈ ਨਹੀਂਗਾ ਵਾਤਾਵਰਨ ਸਾਫ ਹੈ ਨਹੀਂ ਵਾਤਾਵਰਨ ਇਹੀ ਰੀਜ਼ਨ ਆ ਇਹ ਗਰਮੀ ਵਧਣ ਦਾ ਰੀਜ਼ਨ ਹੀ ਹੈ ਵੀ ਦਰੱਖਤ ਹੈ ਨਹੀਂ ਕਿ ਦਰੱਖਤ ਮੁੱਕ ਚੁੱਕੇ ਆ ਧੁੱਪ ਬੜੀ ਤੇਜ਼ ਹੈ ਸਾਢੇ ਛੇ ਦਾ ਟਾਈਮ ਹੋਇਆ ਧੁੱਪ ਫਿਰ ਵੀ ਜਿਹੜੀ ਹੈਗੀ ਬਹੁਤ ਤੇਜ਼ ਧੁੱਪ ਹੈ ਦਰਖਤ ਦਰੁਖਤ ਜਿਹੜੇ ਹੈਗੇ ਆ ਬਿਲਕੁਲ ਹੀ ਖਤਮ ਹੋ ਗਏ ਦਰਖਤ ਲਾਇਆ ਕਰੋ ਫਿਰ ਫੋਟੋ ਸ਼ੂਟ ਚੱਲ ਰਿਹਾ ਕਹਿੰਦਾ ਵਾਲ ਪੇਪਰ ਕੱਢਣਾ ਹੈ ਮੈਂ ਕਿਹਾ ਕੱਢ ਲਓ ਜੀ ਗਰਮੀ ਬਹੁਤ ਹੈ ਚੱਲੀਏ ਨਿਕਲਿਆ ਕਿਹੋ ਜਿਹਾ ਨਿਕਲਿਆ ਅਤੀ ਸੁੰਦਰ ਕਿਆ ਬਾਤ ਹੈ ਬਹੁਤ ਸੋਹਣਾ ਕਵਰ ਚੱਕੋ ਕਵਰ ਲਾਤਾ ਸੀ ਮੇਰੇ ਕੋਲ ਚਲੋ ਬਾਈ ਚੱਕੀਏ ਚੱਲੀਏ ਸਟਾਰਟ ਕਰ ਲਾ ਅੱਗ ਲੱਗਦੀ ਹੈ ਬਾਹਰ ਤਾਂ ਹਵਾ ਵਧੀਆ ਸੀ ਲੱਗਦਾ ਹੀ ਨਹੀਂ ਵੀ 7 ਵਜੇ ਆ ਯਾਰ ਟਾਈਮ ਆ ਰਹਾ ਹੈ ਕਿਸੇ ਕਰਦਾ ਪੈ ਰਹੇ ਚਲੋ ਚਲੀਏ ਕਰੀ ਮੇਰੇ ਕਰਮਾਂ 'ਚ ਜੇਲ ਵਿੱਚ ਰੋਟੀ ਲਿਖਿਆ ਸੁਣਿਆ ਮੈਂ ਚਾਰ ਪਿਆਰ ਕਰੇ ਸਾਡੇ ਲੈਵਲ ਤੇ ਨਹੀਂ ਹਾਰਦੀ ਏ ਇਸ ਆਪਾਂ ਕਰਾਏ ਸੀ ਤੇ ਮੋਟਾ ਮੋਟਾ 10 ਦਿਨੇ ਆਪਣੀ ਚੱਲੀ ਸੀਗੀ ਜਿਹੜੀ ਹੈਗੀ 30,000 ਜਿਨ੍ਹਾਂ ਕੋਲ ਥਾਰ ਹੈ ਇੱਕ ਮੋਟਾ ਜਿਹਾ ਖਰਚਾ ਪਤਾ ਲੱਗ ਜੂਗਾ ਜਾਂ ਜੇ ਸਰਵਿਸ ਵਗੈਰਾ ਕਰਾਉਣੀ ਹੈ ਤਾਂ ਇਹ ਹੋਈ ਹੈਗੀ ਅੱਜ ਆਪਣੀ ਸਰਵਿਸ 30,000 ਵਾਲੀ 30,000 ਤੇ ਸਾਰਾ ਕੁਝ ਚੇਂਜ ਹੁੰਦਾ ਅਤੇ ਸਾਰੇ ਜਿਹੜੇ ਹੈਗੇ 4x4 ਦੇ ਜਿਹੜੇ ਹੈਗੇ ਓਇਲ ਵਗੈਰਾ ਹੋ ਗਏ ਇੰਜਨ ਓਇਲ ਜਿਹੜਾ ਹੋ ਗਿਆ ਉਹ ਸਾਰੇ ਚੇਂਜ ਇਹ ਹੋਈ ਅੱਜ ਆਪਣੀ 8264 ਰੁਪਏ ਦੀ ਜਿਹੜੀ ਹੈਗੀ ਆ ਗੱਡੀ ਦਾ ਬਿੱਲ ਅਤੇ ਜਿਹੜੇ 30,000 ਦੇ ਜਿਹੜੀ ਹੈਗੀ ਸਰਵਿਸ ਕਰਵਾਈ ਹੈ ਕੀ ਕੁਛ ਚੇਂਜ ਹੋਇਆ ਤੁਸੀਂ ਦੇਖ ਲਿਓ ਥੋੜ੍ਹੀ ਬਹੁਤ ਜਿਹੜੀ ਹੈਗੀ ਤੁਹਾਨੂੰ ਇਨਫੋਰਮੇਸ਼ਨ ਮਿਲ ਜੂਗੀ ਜਿਨ੍ਹਾਂ ਕੋਲ ਹੈਗੀ ਆ ਜੇ ਸਰਵਿਸ ਵਗੈਰਾ ਕਰਾਉਣੀ ਹੈ 8600 ਰੁਪਇਆ ਲੱਗਿਆ ਠੀਕ ਹੈ ਜੇ ਮਹਿੰਦਰਾ ਦੀ ਸਰਵਿਸ ਦੀ ਗੱਲ ਕਰੀਏ ਥੋੜ੍ਹੀ ਕੋਸਟਲੀ ਹੈ ਅਕੋਰਡਿੰਗ ਟੂ ਵਹੀਕਲ ਬਟ ਠੀਕ ਹੈ ਕਿਉਂਕਿ ਦੋ ਤਰ੍ਹਾਂ ਜਿਹੜਾ ਹੈਗਾ ਓਇਲ ਵੀ ਇਹ ਚੇਂਜ ਹੁੰਦਾ ਬਾਕੀ ਗੱਡੀਆਂ 'ਚ ਇੱਕ ਤਰ੍ਹਾਂ ਦਾ ਓਇਲ ਚੇਂਜ ਹੁੰਦਾ ਤਾਂ ਉਸ ਹਿਸਾਬ ਨਾਲ ਜਿਵੇਂ ਆਪਣਾ ਕੋਈ ਵਰਨਾ ਹੈਗੀ ਉਹਦੀ 6400 ਦੀ ਹੋ ਜਾਂਦੀ ਹੈ ਜਿਹੜੀ 8000 ਦੀ ਹੋਈ ਹੈ ਠੀਕ ਹੈ ਓਵਰਆਲ ਗੁੱਡ ਗੁੱਡ ਐਕਸਪੀਰੀਅੰਸ ਯੋ